सूत्रों मुताबक यह खबर सामने आ रही है कि साबका मुख्यमंत्री चरणजीत सिंह चन्नी वालों समन नू नजरअंदाज किया गया है। बीते कल चरणजीत सिंह चन्नी ने ईडी सामने पेश होना सी। ईडी सामने पेश होने से चरणजीत सिंह चन्नी की गिरफ्तारी हो सकती है। सो यह वड्डा की पॉइंट इस खबर का, जे वह पेश होंगे ने तो उन्होंने गिरफ्तारी हो सकती है। नजायज माइनिंग मामले में लेके नोटिस जारी होया सी ते ईडी सामने साबका मुख्यमंत्री चरणजीत सिंह चन्नी ने पेश होना सी। सूत्रों मुताबक उन्होंने इस नूं नजरअंदाज किया, इस नूं इग्नोर किया, क्योंकि ईडी सामने जो पेश होंदे ने तां उन्हां दी गिरफ्तारी हो सकती है। ते इसे ते साडे सहयोगी बजम जुड़ चुके ने साडे नाल। सूत्रों मुताबक यह वड्डी खबर आ रही है, साबका मुख्यमंत्री चरणजीत सिंह चन्नी वालों समन नू नजरअंदाज किया गया है ते साबका मुख्यमंत्री दीआं मुश्किलां वध सकदीआं ने। बजम की कुछ इससे होर जानकारी? बिल्कुल तुहानू दस दईए, इस वक्त जिहड़ी जानकारी मिल रही है सब तो अहम जानकारी है। साफ तौर पर यह कहा गया है कि जिस तरीके नाल पहला कहा जा रहा है कि समन भेजे गए ने, पर समन जिहड़े ने ईडी वालों एक हफ्ता पहला भेजे गए सीगे, पर नाल दे नाल कल पेश होने लई कहा गया सी ईडी वालों समन च, जिस विच चरणजीत सिंह चन्नी जिहड़े साबका मुख्यमंत्री ने पंजाब दे ਉਹ ਪੇਸ਼ ਨਹੀਂ ਹੋਏ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਉਹਨੇ ਵੱਲੋਂ ਜਿਹੜਾ ਹੈ ਉਹ ਸੰਮਨ ਨੂੰ ਇਗਨੋਰ ਕੀਤਾ ਗਿਆ, ਪਰ ਈਡੀ ਜਿਹੜਾ ਹੈ ਉਹ ਜਾਣਕਾਰੀ ਮਿਲਦੀ ਹੈ ਕਿ 3 ਚਾਂਸ ਦਿੰਦੀ ਹੈ। ਹੁਣ ਜਾਣਕਾਰੀ ਇਹ ਮਿਲ ਰਹੀ ਹੈ ਕਿ ਈਡੀ ਦੁਬਾਰਾ ਇੱਕ ਸੰਮਨ ਤਿਆਰ ਕਰ ਰਹੀ ਹੈ ਦੁਬਾਰਾ ਤੋਂ ਚਰਨਜੀਤ ਸਿੰਘ ਚੰਨੀ ਨੂੰ ਜਿਹੜਾ ਹੈ ਉਹ ਬੁਲਾਉਣ ਲਈ। ਹਾਲਾਂਕਿ ਇਸ ਵਾਰ ਜਾਂਦੇ ਨੇ ਜਾਂ ਨਹੀਂ ਇਹ ਦੇਖਣਾ ਹੋਏਗਾ, ਕੀ ਤਿਆਰੀ ਨਾਲ ਜਾਂਦੇ ਨੇ ਜਾਂ ਨਹੀਂ ਇਹ ਦੇਖਣਾ ਹੋਏਗਾ, ਪਰ ਜੇ ਨਹੀਂ ਜਾਂਦੇ ਤਾਂ ਉਸ ਤੋਂ ਬਾਅਦ ਜਿਹੜਾ ਹੈ ਇੱਕ ਗ੍ਰਿਫਤਾਰੀ ਦੀ ਤਲਵਾਰ ਜਿਹੜੀ ਆ ਉਹ ਚਰਨਜੀਤ ਸਿੰਘ ਚੰਨੀ ਦੇ ਉੱਤੇ ਲਟਕ ਸਕਦੀ ਹੈ, ਕਿਉਂਕਿ ਤੁਹਾਨੂੰ ਦੱਸ ਦਈਏ ਭੁਪਿੰਦਰ ਸਿੰਘ ਹਨੀ ਜਿਹੜੇ ਕਿ ਉਹਨਾਂ ਦੇ ਭਾਂਜੇ ਨੇ ਉਹਨਾਂ ਦਾ ਨਾਂ ਜਿਹੜਾ ਹੈ ਉਹ ਨਾਜਾਇਜ਼ ਮਾਈਨਿੰਗ ਦੇ ਕੇਸ 'ਚ ਆਇਆ ਸੀਗਾ। ਘਰੇ ਜਦ ਛਾਪੇਮਾਰੀ ਹੋਈ ਸੀਗੀ 10 ਕਰੋੜ ਰੁਪਏ ਵੀ ਜਿਹੜਾ ਹੈ ਉਹ ਨਿਕਲੇ ਸੀ, ਮਹਿੰਗੀ ਘੜੀਆਂ ਨਿਕਲੀਆਂ ਸੀਗੀਆਂ, ਗੱਡੀਆਂ ਨਿਕਲੀਆਂ ਸੀਗੀਆਂ, ਤਾਂ ਕਿਤੇ ਨਾ ਕਿਤੇ ਉਸ ਮਾਮਲੇ ਦੇ ਅੰਦਰ ਭੁਪਿੰਦਰ ਸਿੰਘ ਹਨੀ ਪਹਿਲਾਂ ਹੀ ਜਿਹੜਾ ਹੈ ਉਹ ਉਹਨੂੰ ਗ੍ਰਿਫਤਾਰ ਜਿਹੜਾ ਈਡੀ ਕਰ ਚੁੱਕੀ ਸੀ, ਉਹ ਇਨਵੈਸਟੀਗੇਸ਼ਨ ਚੱਲ ਰਹੀ ਸੀ ਤੇ ਜਾਣਕਾਰੀ ਇਹ ਮਿਲ ਰਹੀ ਸੀ ਕਿ ਭੁਪਿੰਦਰ ਸਿੰਘ ਹਨੀ ਨੇ ਇਹ ਚੀਜ਼ ਕਬੂਲ ਲਿੱਤੀ ਹੈ ਕਿ ਜਿਹੜੀ ਨਾਜਾਇਜ਼ ਮਾਈਨਿੰਗ ਹੈ ਉਹ ਹੋ ਰਹੀ ਸੀ। ਉਸੇ ਕਿਰਾ ਤੇ ਕਿਤੇ ਨਾ ਕਿਤੇ ਜਿਹੜਾ ਹੈ ਹੁਣ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਸੰਮਨ ਜਿਹੜੇ ਨੇ ਉਹ ਭੇਜੇ ਜਾ ਰਹੇ ਨੇ ਤਾਂ ਕਿ ਇਨਵੈਸਟੀਗੇਸ਼ਨ ਸਾਡੇ ਸ਼ਾਮਿਲ ਹੋ, ਜਿਹੜਾ ਕਿ ਕੱਲ ਹੋਣਾ ਸੀ, ਪਰ ਚਰਨਜੀਤ ਸਿੰਘ ਚੰਨੀ ਸ਼ਾਮਿਲ ਜਿਹੜਾ ਹੈ ਉਹ ਨਹੀਂ ਹੋਏ, ਜਿਹਦੇ ਕਰਕੇ ਹੁਣ ਕਿਹਾ ਜਾ ਰਿਹਾ ਹੈ ਕਿ ਅਗਲੇ 2 ਤੋਂ 4 ਦਿਨ ਤੱਕ ਦੁਬਾਰਾ ਸੰਮਨ ਜਿਹੜੇ ਨੇ ਉਹ ਭੇਜੇ ਜਾ ਸਕਦੇ ਨੇ ਜੀ। ਤੇ ਬਸ ਮੈਂ ਜਾਣਕਾਰੀ ਇਹ ਵੀ ਹੈ, ਜਿਸ ਤਰ੍ਹਾਂ ਪਹਿਲਾਂ ਵੀ ਅਸੀਂ ਵੇਖ ਚੁੱਕੇ ਇੱਕ ਕੇਸ ਦੇ ਵਿੱਚ ਪੇਸ਼ੀ ਭੁਗਤਾਉਣ ਜਾਂਦੇ ਨੇ ਤੇ ਉਸ ਵੇਲੇ ਹੀ ਗ੍ਰਿਫਤਾਰੀ ਕਰ ਲਈ ਜਾਂਦੇ, ਕੋਈ ਇਸ ਤਰ੍ਹਾਂ ਦਾ ਵੀ ਖਚਾ ਕੋਈ ਡਰ ਹੈ ਜਿਸ ਕਰਕੇ ਸ਼ਾਇਦ ਪੇਸ਼ ਨਹੀਂ ਹੋ ਰਹੇ ਸਾਬਕਾ ਮੁੱਖ ਮੰਤਰੀ? ਕਿਉਂਕਿ ਇਹ ਵੀ ਜਾਣਕਾਰੀ ਕੀਡੀ ਸਾਹਮਣੇ ਜੇ ਪੇਸ਼ ਹੁੰਦੇ ਨੇ ਤਾਂ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ। ਦੇਖੋ ਬਿਲਕੁਲ ਐਂ ਵੀ ਹੋ ਸਕਦਾ, ਕਿਉਂਕਿ ਜਦ ਕਈ ਵਾਰ ਇਨਵੈਸਟੀਗੇਸ਼ਨ 'ਚ ਜਿਹੜਾ ਹੈ ਉਹ ਸਹਿਯੋਗ ਦੇਣ ਲਈ ਜਿਹੜਾ ਹੈ ਉਹ ਕੋਈ ਪਹੁੰਚਦੇ ਨੇ ਤਾਂ ਉੱਥੇ ਕੋਰਟ 'ਚ ਪੇਸ਼ ਕਰਕੇ ਗ੍ਰਿਫਤਾਰੀ ਜਿਹੜੀ ਉਹ ਲੈ ਲਈ ਜਾਂਦੀ ਹੈ। ਜੇ ਤੁਹਾਨੂੰ ਯਾਦ ਹੋਵੇਗਾ ਸੁਖਪਾਲ ਖਹਿਰਾ, ਉਹਨਾਂ ਹੀ ਕਾਂਗਰਸੀ ਲੀਡਰ, ਉਹ ਵੀ ਜਿਹੜਾ ਹੈ ਉਹ ਕਹਿੰਦੇ ਨੇ ਕਿ ਅਸੀਂ ਇਨਵੈਸਟੀਗੇਸ਼ਨ ਦੇ ਲਈ ਮਦਦ ਲਈ ਗਏ ਸੀਗੇ ਪਰ ਸਾਨੂੰ ਗ੍ਰਿਫਤਾਰ ਕਰਕੇ ਈਡੀ ਆਫਿਸ 'ਚ ਰੱਖ ਲਿਆ ਗਿਆ, ਉਸ ਤੋਂ ਬਾਅਦ ਕੋਰਟ 'ਚ ਪੇਸ਼ ਕਰ ਦਿੱਤਾ ਗਿਆ, ਤਾਂ ਕਿਤੇ ਨਾ ਕਿਤੇ ਸ਼ਾਇਦ ਇਹ ਵੀ ਡਰ ਹੋ ਸਕਦਾ, ਪਰ ਹੋ ਸਕਦਾ ਕਿ ਹੋਰ ਵੱਡੀ ਤਿਆਰੀ ਲਈ ਜਿਹੜਾ ਹੈ ਕੀ ਕੁਝ ਗੱਲਾਂ ਬਾਤਾਂ ਹੋ ਰਹੀਆਂ ਨੇ ਇਨਵੈਸਟੀਗੇਸ਼ਨ 'ਚ ਕੀ ਕੁਝ ਸਾਹਮਣੇ ਆਇਆ ਉਸ ਤਿਆਰੀ ਕਰਕੇ ਜਿਹੜਾ ਹੈ ਹੋ ਸਕਦਾ ਚਰਨਜੀਤ ਸਿੰਘ ਚੰਨੀ ਨੇ ਪਹਿਲਾਂ ਸੰਮਨ ਜਿਹੜਾ ਹੈ ਇਗਨੋਰ ਕੀਤਾ ਹੋਇਆ, ਇਸ ਕਰਕੇ ਸ਼ਾਇਦ ਨਾ ਪਹੁੰਚੇ ਹੋਣ, ਪਰ ਦੂਜਾ ਸੰਮਨ ਦੇਖਣਾ ਹੋਏਗਾ ਕਿ ਇਗਨੋਰ ਕਰਦੇ ਨੇ ਕਿ ਨਹੀਂ ਪਹੁੰਚਦੇ ਜਾਂ ਫਿਰ ਪਹੁੰਚਦੇ ਨੇ, ਜੇ ਪਹੁੰਚਦੇ ਨੇ ਕੀ ਆਪਣੇ ਤੱਥ ਰੱਖਣਗੇ ਸਾਹਮਣੇ ਇਨਵੈਸਟੀਗੇਸ਼ਨ 'ਚ ਸ਼ਾਮਿਲ ਹੋਣਗੇ ਜਾਂ ਫਿਰ ਈਡੀ ਕਿਸ ਤਰੀਕੇ ਦੀ ਕਾਰਵਾਈ ਕਰਦੀ ਹੈ ਤੇ ਕੀ ਕੁਝ ਆਰੋਪ ਜਿਹੜੇ ਨੇ ਉਹ ਚਰਨਜੀਤ ਸਿੰਘ ਚੰਨੀ ਤੇ ਲੱਗਦੇ ਨੇ ਇਹ ਦੇਖਣਾ ਹੋਏਗਾ ਜੀ। ਬਿਲਕੁਲ, ਪਰਿਵਾਰ ਵੱਲੋਂ ਜਾਂ ਖੁਦ ਚਰਨਜੀਤ ਸਿੰਘ ਚੰਨੀ ਵੱਲੋਂ ਜਾਂ ਕਾਂਗਰਸ ਪਰਿਵਾਰ ਵੱਲੋਂ ਕੋਈ ਇਸ ਦੇ ਪੱਖ ਸਾਹਮਣੇ ਆਇਆ, ਕਿਉਂਕਿ ਕੱਲ ਪੇਸ਼ੀ ਸੀ, ਪੇਸ਼ ਨਹੀਂ ਹੋ ਸਕੇ? ਦੇਖੋ ਪਰਿਵਾਰ ਵੱਲੋਂ ਜਾਂ ਚਰਨਜੀਤ ਸਿੰਘ ਚੰਨੀ ਵੱਲੋਂ ਕਿਸੇ ਤਰੀਕੇ ਦਾ ਕੋਈ ਪੱਖ ਸਾਹਮਣੇ ਨਹੀਂ ਆਇਆ। ਜੇ ਤੁਸੀਂ ਇੱਕ ਚੀਜ਼ ਨੋਟਿਸ ਕੀਤੀ ਹੋਣੀ, ਆਬਜ਼ਰਵ ਕੀਤਾ ਹੋਣਾ ਕਿ ਜਦੀ ਚੋਣਾਂ ਖਤਮ ਹੋਈਆਂ ਨੇ ਚਰਨਜੀਤ ਸਿੰਘ ਚੰਨੀ ਸਿਰਫ ਦਿੱਲੀ ਇੱਕ ਇੰਟਰਵਿਊ ਮੀਡੀਆ ਨੂੰ ਦੇ ਕੇ ਗਏ ਨੇ, ਉਸ ਤੋਂ ਇਲਾਵਾ ਕਿਤੇ ਵੀ ਚਰਨਜੀਤ ਸਿੰਘ ਚੰਨੀ ਮੀਡੀਆ ਦੇ ਸਾਹਮਣੇ ਨਹੀਂ ਆ ਰਹੇ, ਤਾਂ ਕਿਤੇ ਨਾ ਕਿਤੇ ਇੱਕ ਡਰ ਵੀ ਹੈ ਕਿ ਜਿਸ ਤਰੀਕੇ ਨਾਲ ਜੋ ਹਾਰ ਹੋਈ ਉਸ ਦੇ ਉੱਤੇ ਜਿਹੜਾ ਉਹ ਠੀਕ ਜਿਹੜੇ ਇਲਜ਼ਾਮ ਆਪਸ 'ਚ ਲੱਗ ਰਹੇ ਨੇ ਉਸ ਤੋਂ ਵੀ ਬਚਦੇ ਨਜ਼ਰ ਆ ਰਹੇ ਨੇ, ਪਰ ਜੋ ਕੁਝ ਈਡੀ ਕਰਕੇ ਹੋਇਆ ਜਾਂ ਫਿਰ ਜੋ ਆਰੋਪ ਉਹਨਾਂ ਤੇ ਲੱਗੇ 10 ਕਰੋੜ ਦੇ ਨਾਜਾਇਜ਼ ਮਾਈਨਿੰਗ ਦੇ ਉਹਨਾਂ ਦੇ ਭਾਂਜੇ ਤੇ, ਕਿਤੇ ਨਾ ਕਿਤੇ ਉਸ ਤੇ ਵੀ ਜਿਹੜਾ ਹੈ ਬਚਦੇ ਨਜ਼ਰ ਆ ਰਹੇ ਨੇ ਜੀ। ਬਸ ਮੈਂ ਚਰਚਾਵਾਂ ਇਹ ਵੀ ਨੇ ਕਿ ਅੱਜ ਚਰਨਜੀਤ ਸਿੰਘ ਚੰਨੀ ਪੇਸ਼ ਹੋ ਸਕਦੇ ਨੇ, ਇਸ ਬਾਰੇ ਕੋਈ ਜਾਣਕਾਰੀ? ਦੇਖੋ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਜਿਹੜੀ ਉਹ ਸਾਹਮਣੇ ਨਹੀਂ ਆਈ ਹੈ, ਪਰ ਦੇਖਣਾ ਹੋਏਗਾ ਕਿ ਅੱਜ ਪੇਸ਼ ਹੁੰਦੇ ਨੇ ਤਾਂ ਫਿਰ ਕਿੱਥੇ ਪੇਸ਼ ਹੁੰਦੇ ਨੇ, ਜਲੰਧਰ ਹੁੰਦੇ ਨੇ ਜਾਂ ਫਿਰ ਚੰਡੀਗੜ੍ਹ ਹੁੰਦੇ ਨੇ ਜਾਂ ਦਿੱਲੀ ਜਾਂਦੇ ਨੇ, ਪਰ ਨਾਲ ਦੇ ਨਾਲ ਜੇ ਪੇਸ਼ ਹੁੰਦੇ ਨੇ ਕਿਉਂਕਿ ਜੀ। ਬਿਲਕੁਲ, ਸਾਡੇ ਨਾਲ ਗੱਲਬਾਤ ਕਰਨ ਦੇ ਲਈ ਕੁਲਦੀਪ ਸਿੰਘ ਵੈਦ ਤੇ ਚੰਦੂਮਾਜਰਾ ਸਾਹਿਬ ਜੁੜ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ। ਕੁਲਦੀਪ ਸਿੰਘ ਵੈਦ ਸਾਹਿਬ ਸਾਡੇ ਨਾਲ ਕਾਂਗਰਸ ਤੋਂ ਜੁੜੇ ਨੇ। ਵੈਦ ਸਾਹਿਬ ਬਹੁਤ ਸਵਾਗਤ ਹੈ ਤੁਹਾਡਾ ਜੀ ਪੰਜਾਬ ਹਰਿਆਣਾ ਹਿਮਾਚਲ ਤੇ ਚੰਦੂਮਾਜਰਾ ਜੀ ਤੁਹਾਡਾ ਵੀ ਸਵਾਗਤ ਹੈ। ਮਿਹਰਬਾਨੀ ਜੀ। ਵੈਦ ਸਾਹਿਬ
ਇਹ ਕਿਹਾ ਜਾ ਰਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੰਮਨ ਨੂੰ ਨਜ਼ਰ ਅੰਦਾਜ਼ ਕਰ ਰਹੇ ਨੇ, ਈਡੀ ਸਾਹਮਣੇ ਪੇਸ਼ ਨਹੀਂ ਹੋਏ। ਦੇਖੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਜੀ, ਇਹ ਇਨਵੈਸਟੀਗੇਸ਼ਨ ਹੈ। ਜਦੋਂ ਵੀ ਕੀ ਕਾਰਨ ਰਹੇ ਉਹਨਾਂ ਦੇ ਨਾਂ ਪੇਸ਼ ਹੋਣ ਦੇ ਤਾਂ ਉਹਨਾਂ ਤੋਂ ਪੁੱਛਾਂਗੇ, ਪਰ ਬੜੇ ਹਾਲਾਤ ਕਈ ਵਾਰੀ ਇਹੋ ਜਿਹੇ ਹੁੰਦੇ ਹੈ ਕਿ ਤੁਸੀਂ ਇੱਕ ਪੇਸ਼ੀ ਤੇ, ਆਪਾਂ ਲੋਕ ਵੀ ਕਈ ਕੇਸ ਭੁਗਤਦੇ ਹਾਂ, ਨਹੀਂ ਜਾ ਸਕੇ ਤਾਂ ਬੰਦਾ ਨੈਕਸਟ ਪੇਸ਼ੀ ਤੇ ਚਲਾ ਜਾਂਦਾ। ਜਦੋਂ ਹੁਣ ਦੁਬਾਰਾ ਸੰਮਨ ਇਸ਼ੂ ਹੋਏ ਆ, ਤੇ ਮੇਰਾ ਨਹੀਂ ਖਿਆਲ ਕਿ ਸਰਦਾਰ ਚਰਨਜੀਤ ਸਿੰਘ ਨੋਇੰਗਲੀ ਇਸ ਨੂੰ ਅਵਾਇਡ ਕਰਦੇ ਹੋਣਗੇ, ਕੋਈ ਕਾਰਨ ਰਹੇ ਹੋਣੇ ਆ, ਕੋਈ ਇਸ਼ੂ ਨਹੀਂ ਹੈ। ਇਹ ਇਨਵੈਸਟੀਗੇਸ਼ਨ ਹੈ, ਇਨਵੈਸਟੀਗੇਸ਼ਨ ਬਿਲਕੁਲ ਫੇਅਰ ਹੋਣੀ ਚਾਹੀਦੀ ਹੈ, ਐਂਡ ਇਹਦੇ ਚ ਕਿਸੇ ਤਰ੍ਹਾਂ ਦਾ ਕੋਈ ਪੋਲੀਟੀਕਲ ਵੈਂਡਾਟਾ ਨਹੀਂ ਚਾਹੀਦਾ। ਅਸੀਂ ਰੈਡੀ ਹਾਂ ਹਰ ਇੱਕ ਇਨਵੈਸਟੀਗੇਸ਼ਨ ਵਾਸਤੇ, ਸਰਦਾਰ ਚਰਨਜੀਤ ਸਿੰਘ ਚੰਨੀ ਬਿਲਕੁਲ ਰੈਡੀ ਨੇ ਹਰ ਇੱਕ ਤਰ੍ਹਾਂ ਦੀ ਇਨਵੈਸਟੀਗੇਸ਼ਨ ਵਾਸਤੇ, ਸਾਡੇ ਐਕਸ ਸੀਐਮ ਨੇ, ਕੋਈ ਇਸ਼ੂ ਨਹੀਂ ਹੈ। ਬਟ ਇੱਕੋ ਇੱਕ ਗੱਲ ਅਸੀਂ ਹਰ ਥਾਂ ਤੇ ਬੇਨਤੀ ਕਰਦੇ ਹਾਂ, ਇਰਰਿਸਪੈਕਟਿਵ ਆਫ ਐਨੀ ਪੋਲੀਟੀਕਲ ਪਾਰਟੀ, ਇਰਰਿਸਪੈਕਟਿਵ ਆਫ ਐਨੀ ਪੋਲੀਟੀਕਲ ਲੀਡਰ, ਇਹ ਵੈਂਡਾਟਾ ਨਹੀਂ ਹੋਣਾ ਚਾਹੀਦਾ, ਪਾਰਦਰਸ਼ਤਾ ਹੋਣੀ ਚਾਹੀਦੀ ਹੈ। ਕੋਈ ਦਿੱਕਤ ਨਹੀਂ, ਹਰ ਇਨਵੈਸਟੀਗੇਸ਼ਨ ਫੇਸ ਕਰਾਂਗੇ। ਠੀਕ, ਚੰਦੂ ਮਾਜਰਾ ਸਾਹਿਬ ਕੀ ਲੱਗਦਾ ਹੈ? ਵੈਦ ਸਾਹਿਬ ਕਹਿ ਰਹੇ ਨੇ ਕਿ ਕਈ ਵਾਰ ਅਨਨੋਇੰਗਲੀ ਇਹ ਚੀਜ਼ਾਂ ਹੋ ਜਾਂਦੀਆਂ ਨੇ, ਕੋਈ ਕਾਰਨ ਰਹੇ ਹੋਣੇ, ਉਹ ਜ਼ਰੂਰ ਉਹਨਾਂ ਤੋਂ ਪੁੱਛਾਂਗੇ, ਪਰ ਅੱਗੇ ਜ਼ਰੂਰ ਇਸੇ ਤਰ੍ਹਾਂ ਕੋਆਰਡੀਨੇਟ ਜੋ ਹੈ ਉਹ ਕਰਦੇ ਰਹਾਂਗੇ। ਇਹ ਤਾਂ ਸੱਚ ਆ। ਦੇਖੋ ਕੋਈ ਵੀ ਜਿਹੜੀ ਅੱਜ ਸਿਸਟਮ ਦੇ ਵਿੱਚ ਕਾਨੂੰਨ ਮਤਲਬ ਦੇ ਅੰਦਰ ਹੀ ਚੱਲਦਾ ਸਿਸਟਮ, ਕੋਈ ਬੰਦਾ ਕਾਨੂੰਨ ਤੋਂ ਵੱਡਾ ਨਹੀਂ ਹੈ, ਕਾਨੂੰਨ ਵਿੱਚ ਰਹਿ ਕੇ ਹੀ ਮਤਲਬ ਸਭ ਨੂੰ ਚੱਲਣਾ ਪੈਂਦਾ। ਜਿੱਥੇ ਤੱਕ ਈਡੀ ਤੇ ਸੰਮਨਾਂ ਦੀ ਪਾਲਣਾ ਕਰਨ ਵਾਲੀ ਗੱਲ ਹੈ, ਠੀਕ ਆ ਵੀ ਕਈ ਵਾਰੀ ਨਹੀਂ ਜਾਇਆ ਜਾਂਦਾ, ਤੇ ਮੇਰਾ ਖਿਆਲ ਆ ਵੀ ਚੰਨੀ ਸਾਹਿਬ ਮੁੱਖ ਮੰਤਰੀ ਰਹੇ ਨੇ, ਉਸ ਕਾਨੂੰਨ ਦੇ ਵਿੱਚ ਰਹਿ ਕੇ ਉਹਨਾਂ ਨੇ ਪਾਲਣਾ ਕੀਤੀ ਆ, ਕਰਵਾਈ ਆ, ਤੇ ਹੁਣ ਵੀ ਲਾਜ਼ਮੀ ਤੌਰ ਤੇ ਜੇ ਇੱਕ ਵਾਰੀ ਨਹੀਂ ਗਏ ਤਾਂ ਦੂਜੀ ਵਾਰੀ ਜਾਣਗੇ ਔਰ ਜਾਣਾ ਪੈਣਾ ਹੀ ਹੈ, ਕਾਨੂੰਨ ਤੋਂ ਬਾਅਦ ਤਾਂ ਜਾ ਨਹੀਂ ਸਕਦੇ। ਪਰ ਇਹ ਸੱਚ ਆ, ਵੈਦ ਸਾਹਿਬ ਨੇ ਜਿਹੜੀ ਗੱਲ ਕਹੀ ਆ ਵੀ ਜਿਹੜੀਆਂ ਇਹ ਸੰਸਥਾਵਾਂ ਨੇ, ਇਹ ਸੰਸਥਾਵਾਂ ਦੀ ਵਰਤੋਂ ਵੀ ਮਤਲਬ ਕਦੇ ਵੀ ਪੋਲੀਟੀਕਲ ਮੋਟਿਵ ਲਈ ਨਹੀਂ ਹੋਣੀ ਚਾਹੀਦੀ, ਕਦੀ ਨਿਰਪੱਖਤਾ ਕਾਇਮ ਰਹਿਣੀ ਚਾਹੀਦੀ ਆ, ਔਰ ਕਦੇ ਵੀ ਇਹਨਾਂ ਸੰਸਥਾਵਾਂ ਦੀ ਕਾਰਵਾਈ ਕਿਸੇ ਰਾਜਸੀ ਬਦਲਾਖੋਰੀ ਦੇ ਨਜ਼ਰੀਏ ਨਾਲ ਨਹੀਂ ਹੋਣੀ ਚਾਹੀਦੀ, ਕਿਉਂਕਿ ਨਹੀਂ ਤਾਂ ਫਿਰ ਵਿਸ਼ਵਾਸ ਉੱਠ ਜਾਏਗਾ, ਤੇ ਜੇ ਸੰਸਥਾਵਾਂ ਵਿੱਚੋਂ ਵਿਸ਼ਵਾਸ ਉੱਠ ਗਿਆ ਫਿਰ ਸਿਸਟਮ ਹੀ ਟੁੱਟ ਜਾਏਗਾ। ਸੋ ਇਸ ਕਰਕੇ ਸਰਕਾਰਾਂ ਦੀ ਜ਼ਿੰਮੇਵਾਰੀ ਆ ਕਿ ਇਹਨਾਂ ਸੰਸਥਾਵਾਂ ਦੀ ਦਾ ਵਿਸ਼ਵਾਸ ਕਿਵੇਂ ਬਣਾ ਕੇ ਰੱਖਣਾ, ਇਹਨਾਂ ਦੀ ਕ੍ਰੈਡੀਬਿਲਟੀ ਕਿਵੇਂ ਬਣਾ ਕੇ ਰੱਖਣੀ ਆ, ਤਾਂ ਕਿ ਲੋਕਾਂ 'ਤੇ ਇਹਨਾਂ ਦਾ ਵਿਸ਼ਵਾਸ ਬਣਿਆ ਰਹੇ, ਤੇ ਇਹਨਾਂ ਦੀ ਨਿਰਪੱਖਤਾ ਜਿਹੜੀ ਉਹ ਕਾਇਮ ਰਹਿਣੀ ਚਾਹੀਦੀ ਆ, ਔਰ ਕਦੇ ਵੀ ਰਾਜਾਖੋਰੀ ਵਿੱਚ ਵਰਤੀਆਂ ਇਹਨਾਂ ਸੰਸਥਾਵਾਂ ਨਾ ਹੀ ਦੇਸ਼ ਦੇ ਹਿੱਤ 'ਚ ਨੇ, ਨਾ ਵਰਤਣ ਵਾਲਿਆਂ ਦੇ ਹਿੱਤ 'ਚ ਹੁੰਦੀਆਂ ਨੇ। ਅੱਜ ਸਾਡੇ ਸਾਹਮਣੇ ਬੜੇ ਚੈਲੰਜ ਨੇ ਮੁਲਕ ਦੇ ਵਿੱਚ, ਕਿ ਸਾਡੀਆਂ ਇਹਨਾਂ ਸੰਸਥਾਵਾਂ ਨੂੰ ਕਈ ਵਾਰੀ ਰਾਜਸੀ ਧਿਰਾਂ ਜਿਹੜੀਆਂ ਨੇ ਉਹ ਆਪਣੇ ਰਾਜਸੀ ਲਾਹੇ ਲੈਣ ਲਈ ਵਰਤਦੀਆਂ ਨੇ, ਉਹਦੇ ਨਾਲ ਇੱਕ ਨਵਾਂ ਰਾਹ ਪੈਦਾ ਹੋ ਜਾਂਦਾ, ਜਿਹਦੇ ਨਾਲ ਮੈਂ ਸਮਝਦਾ ਲੋਕ ਰਾਜੀ ਪ੍ਰਣਾਲੀ ਤੇ ਵੀ ਸਵਾਲੀਆ ਚਿੰਨ੍ਹ ਲੱਗਦੇ ਨੇ। ਅੱਜ ਸਮੁੱਚੇ ਦੇਸ਼ ਦੇ ਲੋਕਾਂ ਨੂੰ ਪਾਰਟੀਵਾਦੀ ਧੜੇਬੰਦੀ ਤੋਂ ਉੱਠ ਕੇ ਇਹਨਾਂ ਸੰਸਥਾਵਾਂ ਦੀ ਨਿਰਪੱਖਤਾ ਨੂੰ ਕਾਇਮ ਰੱਖਣ ਦਾ ਮਾਹੌਲ ਬਣਾਉਣਾ ਚਾਹੀਦਾ, ਔਰ ਸਰਕਾਰਾਂ ਨੂੰ ਵੀ ਇਮਾਨਦਾਰੀ ਨਾਲ ਇਹਨਾਂ ਸੰਸਥਾਵਾਂ ਨੂੰ ਮਤਲਬ ਕਦੇ ਵੀ ਆਪਣੇ ਰਾਜਸੀ ਫਾਇਦੇ ਲੈਣ ਲਈ ਨਹੀਂ ਵਰਤਣਾ ਚਾਹੀਦਾ। ਜੀ ਵੈਦ ਸਾਹਿਬ, ਚਰਚਾਵਾਂ ਨੇ ਕਿ ਅੱਜ ਪੇਸ਼ ਹੋ ਸਕਦੇ ਨੇ ਚਰਨਜੀਤ ਸਿੰਘ ਚੰਨੀ, ਇਸ ਬਾਰੇ ਕੋਈ ਜਾਣਕਾਰੀ ਤੁਸੀਂ ਦੇ ਸਕਦੇ ਹੋ? ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਜੀ, ਜਿਸ ਤਰ੍ਹਾਂ ਚੰਦੂ ਮਾਜਰਾ ਸਾਹਿਬ ਨੇ ਬਿਲਕੁਲ ਬੜੇ ਅੱਛੇ ਢੰਗ ਨਾਲ ਐਲੈਬੋਰੇਟ ਕੀਤਾ ਆ, ਮੈਂ ਸਮਝਦਾ ਜੋ ਇਹਨਾਂ ਨੇ ਚੰਦੂ ਮਾਜਰਾ ਸਾਹਿਬ ਨੇ ਗੱਲ ਕਹੀ ਉਹ ਬਿਲਕੁਲ ਠੀਕ ਕਹੀ ਹੈ, ਕੋਈ ਵੀ ਲਾ ਤੋਂ ਵੱਧ ਨਹੀਂ ਹੈ, ਚਾਹੇ ਕੋਈ ਐਕਸ ਚੀਫ ਮਿਨਿਸਟਰ ਹੋਵੇ ਜਾਂ ਕੋਈ ਪ੍ਰੈਜੈਂਟ ਚੀਫ ਮਿਨਿਸਟਰ ਹੋਵੇ, ਹਰ ਇੱਕ ਬੰਦੇ ਨੂੰ ਲਾ ਦੀ ਜਿਹੜੀ ਹੈ ਉਹ ਮਾਨਤਾ ਹੋਣੀ ਚਾਹੀਦੀ ਹੈ, ਹੁੰਦੀ ਵੀ ਹੈ, ਇਹ ਨਹੀਂ ਕਿ ਕੋਈ ਇਸ ਗੱਲ ਨੂੰ ਕੋਈ ਨੋਇੰਗਲੀ ਅਵਾਇਡ ਕਰਦਾ ਆ। ਸੋ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਕਿ ਆ ਚੰਨੀ ਸਾਹਿਬ ਈਡੀ ਦੇ ਪੇਸ਼ ਹੋਣੇ, ਪਰ ਡੈਫੀਨੇਟ ਹੋਣਗੇ ਜੀ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ। ਬਟ ਮੈਂ ਦੁਬਾਰਾ ਫਿਰ ਕਹਿਣਾ ਚਾਹੁੰਦਾ ਜਿਵੇਂ ਚੰਦੂ ਮਾਜਰਾ ਸਾਹਿਬ ਨੇ ਕਿਹਾ ਕਿ 14 ਤੋਂ ਲੈ ਕੇ ਹੁਣ ਤੱਕ ਈਡੀ ਦੀ ਕਾਫੀ ਦੁਰਵਰਤੋਂ ਹੋਈ ਹੈ, ਸਾਨੂੰ ਇਹਨਾਂ ਗੱਲਾਂ ਤੇ ਹਮੇਸ਼ਾ ਖਦਸ਼ਾ ਰਹਿੰਦਾ ਆ, ਕਿਸੇ ਤਰ੍ਹਾਂ ਦੀ ਵੀ ਕੋਈ ਇਨਵੈਸਟੀਗੇਸ਼ਨ ਪਾਰਸ਼ੈਲਿਟੀ ਤੋਂ ਬਿਨਾਂ ਹੋਵੇ, ਇੰਪਾਰਸ਼ਲ ਹੋਵੇ, ਪਾਰਦਰਸ਼ਤਾ ਨਾਲ ਹੋਵੇ, ਉਹਦੇ ਵਾਸਤੇ ਵੀ ਆ ਰੈਡੀ, ਕੋਈ ਦਿੱਕਤ ਹੀ ਨਹੀਂ ਹੈ। ਹਰ ਸੋਸਾਇਟੀ ਦਾ ਬੰਦਾ ਕਾਨੂੰਨ ਦੇ ਮੂਹਰੇ ਬਰਾਬਰ ਹੈ। ਪਰ ਵੈਸਾ ਭਾਜਪਾ ਤਾਂ ਕਹਿੰਦੀ ਹੈ ਕਿ ਕੋਈ ਪੋਲੀਟੀਸਾਈਜ਼ ਅਸੀਂ ਨਹੀਂ ਕਰ ਰਹੇ, ਤਮਾਮ ਏਜੰਸੀਜ਼ ਓਪਨਲੀ ਇੰਡੀਪੈਂਡੈਂਟਲੀ ਕੰਮ ਕਰ ਰਹੀਆਂ ਨੇ, ਤੇ ਉਹ ਕਹਿੰਦੇ ਨੇ ਬਰਾਮਦਗੀ ਹੋਈ ਹੈ। ਚਲੋ ਰੇਡ ਤੁਸੀਂ ਕਹਿ ਦਿਓ ਕਿ ਪੋਲੀਟੀਕਲ ਵੈਂਡੇਟਾ ਤਹਿਤ ਹੋਈ, ਪਰ ਬਰਾਮਦਗੀ ਹੋਈ ਹੈ ਨਾ, 8 ਕਰੋੜ ਦਾ ਕੁਛ ਚੰਨੀ ਤੋਂ ਬੇਟਾ ਨਹੀਂ ਨਾ ਹੋਈ ਹੈਗੀ ਜੀ, ਹੁਣ ਉਹਨਾਂ ਦੇ ਦੂਰ ਦੇ ਰਿਸ਼ਤੇਦਾਰ ਤੋਂ ਬਰਾਮਦਗੀ ਹੋਈ ਹੈ, ਉਹਦੀ ਇਨਵੈਸਟੀਗੇਸ਼ਨ ਹੋ ਜਾਏਗੀ। ਦੇਖੋ ਮੇਰੀ ਗੱਲ ਸੁਣੋ, ਅਸੀਂ ਕੀ ਕਹਿ ਰਹੇ ਹਾਂ, ਅਸੀਂ ਕਹਿ ਰਹੇ ਹਾਂ ਕਿ ਕੋਈ ਪੋਲੀਟੀਕਲ ਵੈਂਡੇਟਾ ਨਹੀਂ ਚਾਹੀਦਾ ਜੀ,
प्रॉपर इन्वेस्टिगेशन हो, जे कोई कानून के खिलाफ कोई गल हुई है वो सजा हो, बिल्कुल कह रहे हैं इस गल कोई दिक्कत ही नहीं है, फिर इन्वेस्टिगेशन होनी चाहिए है। यही गल चंदूमाजरा साहब ने भी कही है, कोई बदनीति दा खर्चा है चंदूमाजरा साहब केंद्र नू लेके? देखो सही मायने विच तां जो सच सामने आएगा रिकॉर्ड उहदी इन्वेस्टिगेशन तों तो बाद ही कुछ कहा जा सकेगा, ते अजे तक तो इन्वेस्टिगेशन चल रही है, इन्वेस्टिगेशन दे विच की सच्चाई सामने आएगी जी यहां ना उदो ही जाएगा। और मैं समझदा कि जिहड़ियां हालात नजर जिवें खबर आ रही ने जां रिकवरी उन्होंने चन्नी साहब के नजदीकी रिश्तेदार को हुई जां उन्हें अगे बयानबाजी की वो गल्लां कई सवाल खड़े कर दियां ने, पर मैं समझदा उस तों पहलां कह देना कोई बहुता उचित नहीं होएगा, क्योंकि जदों इन्वेस्टिगेशन चल रही होवे इन्वेस्टिगेशन दे नतीजे आउण तों ही मतलब फाइनल कोई असीं कह सकते हैं जी। साडे नाल बिल्कुल इस चर्चा दे विच साडे नाल तुसी भी जुड़े हुए हो, ते साडे नाल हरजीत गरेवाल जी भाजपा तो सीनियर आगू नूं भी जुड़ चुके ने। गरेवाल साहब खच्चा है कि या ये कह लिए कि डर है कि यह तमाम इन एजेंसीज की दुरवरतों हो रही है, इन्हां नूं पोलिटिकल वेंडेटे तहत इस्तेमाल किया जा रहा है? गरेवाल साहब आवाज आ रही है तुहानूं? अजीत गरेवाल जी भाजपा तो साडे नाल कुछ ही देर दे विच जुड़नगे, उन्हां तक आवाज नहीं पहुंच पा रही। वैसे साहब फिर केंद्र हमेशा इस चीज से क्लैरिफाई क्यों करता रहता है, क्यों लगता है कि केंद्र वालों हमेशा झूठ बोलते नहीं? देखो मेरी गल सुनो जी, सारिया अखबारां भरियां पईआं ने जी, गोदी मीडिया नूं छड के यूट्यूबर चाहे वह satyahindi.com है, चाहे वह अजीत अंजुम है, चाहे वह वायर है, चाहे वह न्यूज क्लिक है, सारे ने इन एजेंसियां दे बारे वक वक समय ते बड़े वधिया खुलासे कीते ने। ठीक है वैद साहब जवाब ले लेने, गरेवाल साहब जुड़ चुके ने अपने नाल। गरेवाल साहब बहुत स्वागत है तुहाडा जी पंजाब हरियाणा हिमाचल ते। गरेवाल साहब दा नंबर फिर कट गया, वैद साहब अपनी गल पूरी कर सकदे। गरेवाल साहब ने तां कहना जी सारिया हिंदुस्तान दीआं एजेंसियां बिल्कुल फेर काम करदीआं ने, उन्हां नूं तां मोदी साहब दा पता ही नहीं, ना मोदी साहब नूं एजेंसियां दे हेड दा पता, ना अमित शाह जी नूं पता, गरेवाल साहब ने तां इह कहना। ठीक है, मतलब गरेवाल साहब दा पक्ष तुसीं रख रहे हो, उन्हां दा तां फोन कट गया। हां उन्हां ने तां कहना ना जी तुसीं देखो पिछले 14 तों लै के अज तक अखबारां पढ़ियां भरियां पईआं ने जी, ਤੁਸੀਂ ਦੇਖੋ ਤਾਂ ਸਹੀ ਉਹਦੇ ਵਿੱਚ ਈਡੀ ਦੀ ਦੁਰਵਰਤੋਂ ਕਿੰਨੀ ਹੋਈ, ਬੰਬੇ ਦੇ ਵਿੱਚ ਕਿੰਨੀ ਈਡੀ ਦੀ ਦੁਰਵਰਤੋਂ ਅੱਜ ਵੀ ਹੋ ਰਹੀ ਹੈ, ਦਿੱਲੀ ਦੇ ਵਿੱਚ ਹੋਈ, ਸੀਬੀਆਈ ਦੀ ਹੋਈ, ਇਹ ਆਪਣੇ ਸਾਰਾ ਕੁਝ ਸਾਹਮਣੇ ਹੈ। ਸੋ ਗਰੇਵਾਲ ਸਾਹਿਬ ਨੇ ਤਾਂ ਇਹ ਕਹਿਣਾ ਕਿ ਨਾ 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 ਮੈਂ ਦਾਅਵੇ ਨਾਲ ਕਹਿਣਾ ਆ ਕਿ ਜਿੱਦਣ ਦੀ ਬੀਜੇਪੀ ਸਰਕਾਰ ਸੈਂਟਰ ਚ ਆਈ ਹੈ ਇਹਨਾਂ ਏਜੰਸੀਆਂ ਦੀ ਦੁਰਵਰਤੋਂ ਰੱਜ ਕੇ ਹੋਈ ਹੈ। ਚੰਦੂਮਾਜਰਾ ਸਾਹਿਬ ਕੁਝ ਕਹਿ ਰਹੇ ਸੀ, ਨਹੀਂ ਵੈਦ ਸਾਹਿਬ ਨੇ ਗੱਲ ਕਹੀ ਹੈ, ਵੈ ਦੁਰਵਰਤੋਂ ਤਾਂ ਕਾਂਗਰਸ ਦੇ ਰਾਜ ਦੀ ਹੁੰਦੀ ਰਹੀ ਆ, ਕਾਂਗਰਸ ਨੇ ਵੀ ਸ਼ੁਰੂਆਤ ਕਾਂਗਰਸ ਨੇ ਕੀਤੀ ਆ ਸੀਬੀਆਈ ਵਰਗੀਆਂ ਏਜੰਸੀਆਂ ਦੂਜੀਆਂ, ਪਰ ਇਹ ਹੋਣੀ ਨਹੀਂ ਚਾਹੀਦੀ ਇਸ ਗੱਲ ਨਾਲ ਸਹਿਮਤ। ਵੈਦ ਸਾਹਿਬ ਔਰ ਖਾਸ ਤੌਰ ਤੇ ਜਿਹੜਾ ਈਡੀ ਦਾ ਮਾਮਲਾ ਨਾ ਚੰਨੀ ਸਾਹਿਬ ਵਾਲਾ ਜੀ, ਸੱਚ ਕੀ ਆ ਸਾਹਮਣੇ ਆਜੂਗਾ, ਪਰ ਜਿਹੜਾ ਟਾਈਮ ਸੀ ਨਾ ਉਹ ਟਾਈਮ ਬੜਾ ਗਲਤ ਸੀ, ਉਹ ਟਾਈਮ ਤੇ ਜਦੋਂ ਹੋਇਆ ਉਦੋਂ ਇਹ ਜ਼ਰੂਰ ਲੱਗਿਆ ਵੀ ਇਹਦੇ ਪਿੱਛੇ ਕੋਈ ਨਾ ਕੋਈ ਪੋਲੀਟੀਕਲ ਮੋਟਿਵ ਦੇ ਤੌਰ ਤੇ ਸਾਰਾ ਕੁਝ ਹੋਇਆ, ਉਹ ਨੀ ਕਿਸੇ ਨੇ ਉਹਨੂੰ ਚੰਗਾ ਸਮਝਿਆ। ਬਾਕੀ ਤਾਂ ਦੇਖੋ ਜੇ ਕਿਸੇ ਨੇ ਗਲਤੀ ਕੀਤਾ ਗਲਤ ਕੰਮ ਕੀਤਾ ਤਾਂ ਉਹਦਾ ਸੱਚ ਸਾਹਮਣੇ ਆਉਣਾ ਚਾਹੀਦਾ। ਇਹ ਵੀ ਮੈਂ ਤੁਹਾਨੂੰ ਸਹੀ ਗੱਲ ਦੱਸਦਾ, ਜੇ ਮਾੜਾ ਮੋਟਾ ਸਿਸਟਮ ਬਚਿਆ ਨਾ, ਮਾੜਾ ਮੋਟਾ ਡਰ ਪਾਇਆ ਹੈ ਤਾਂ ਇਹਨਾਂ ਏਜੰਸੀਆਂ ਦਾ ਅਜੇ ਵੀ ਹੈ, ਭਾਵੇਂ ਈਡੀ ਆ ਭਾਵੇਂ ਸੀਬੀਆਈ ਆ, ਪਰ ਡਰ ਹੁਣ ਖਤਮ ਹੁੰਦਾ ਜਾ ਰਿਹਾ। ਜਦੋਂ ਸਿੱਧੇ ਤੌਰ ਤੇ ਰਾਜ ਦੀ ਧਿਰ ਜਿਹੜੀ ਹੈ ਨਾ ਸੱਤਾ ਚ ਹੁੰਦੀ ਆ ਉਹ ਵੀ ਦੁਰਵਰਤੋਂ ਕਰਦੀ ਆ, ਇਹ ਦੁਰਵਰਤੋਂ ਲਈ ਅੱਜ ਦੀ ਮਤਲਬ ਪਾਰਟੀ ਹੀ ਜ਼ਿੰਮੇਵਾਰ ਨਹੀਂ, ਪਹਿਲਾਂ ਵੀ ਕਾਂਗਰਸ ਦੇ ਸਮੇਂ ਵੀ ਹੁੰਦੀ ਰਹੀ ਆ ਕਿਤੇ ਨਾ ਕਿਤੇ, ਔਰ ਇਮਾਨਦਾਰੀ ਨਾਲ ਮੈਂ ਤਾਂ ਹੀ ਕਿਹਾ ਵੀ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਇਮਾਨਦਾਰੀ ਨਾਲ ਸੋਚਣਾ ਚਾਹੀਦਾ, ਜੇ ਅਸੀਂ ਆਪਣੀਆਂ ਸੰਸਥਾਵਾਂ ਨਾ ਬਚਾਈਆਂ ਤਾਂ ਮੈਂ ਸਮਝਦਾ ਸਿਸਟਮ ਕਰੈਸ਼ ਹੋ ਜਾਏਗਾ। ਠੀਕ ਹੈ ਵੈਦ ਸਾਹਿਬ, ਸੰਸਥਾਵਾਂ ਨੂੰ ਬਚਾਉਣ ਦੀ ਲੋੜ ਆ ਜੀ। ਠੀਕ ਹੈ ਵੈਦ ਸਾਹਿਬ ਤੋਂ ਵੀ ਜਵਾਬ ਲਵਾਂਗੀ, ਗਰੇਵਾਲ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ। ਗਰੇਵਾਲ ਸਾਹਿਬ ਆਵਾਜ਼ ਆ ਰਹੀ ਹੈ? ਹਾਂਜੀ ਗਰੇਵਾਲ ਸਾਹਿਬ, ਬਾਰ ਬਾਰ ਸਾਡੇ ਪੈਨਲਿਸਟ ਕਹਿ ਰਹੇ ਨੇ ਕਿ ਇਹਨਾਂ ਤਮਾਮ ਏਜੰਸੀ ਦੀ ਤਾਂ ਦੁਰਵਰਤੋਂ ਹੁੰਦੀ ਆਈ ਹੈ, ਦੁਰਵਰਤੋਂ ਹੋ ਰਹੀ ਹੈ, ਪੋਲੀਟੀਕਲ ਵੈਂਡੇਟੇ ਤਹਿਤ ਹਮੇਸ਼ਾ ਹੀ ਇਹਨਾਂ ਏਜੰਸੀਆਂ ਨੂੰ ਵਰਤਿਆ ਜਾਂਦਾ ਰਿਹਾ। ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਈਡੀ ਨੂੰ ਅਨਅਕਾਊਂਟਡ ਮਨੀ ਮਿਲੀ ਹੈ ਔਰ ਉਹਨਾਂ ਨੇ ਜਾਂਚ ਕੀਤੀ ਹੈ, ਜਾਂਚ ਤੋਂ ਡਿਸਕਲੋਜ਼ਰ ਦਿੱਤੇ ਨੇ ਉਸ ਵਿਅਕਤੀ ਨੇ
जो चन्नी जी के क्लोज रिलेशन च ने और उन्होंने इन्हों के लिए डिस्कलोजर दिए है, इस करके इन्हों बुलाया गया। पूछताछ करनी जरूरी है। एक अगर हम तो कोई पोलिटिकल वेंडेटा भी नहीं कह सकते कि कांग्रेस के खिलाफ कार्रवाई करना किसी को की लाभ होना, ये तो इस वे दोनों सीटा वो हार गए हैं। पर जांच होनी चाहिए जी, मुख्यमंत्री किसी अपराध ऐसे शामिल होंगे तो वो ज्यादा घिनौना अपराध हो जाता है, उन्होंने ज्यादा पूछताछ होनी चाहिए। ऐसी कोई गल नहीं, जे उन्होंने नहीं कुछ किया, नहीं उन्होंने शमूलियत तो बिल्कुल कार्रवाई नहीं होगी। पर गरेवाल साहब पैनल ते साडे नाल वैद साहब ने ओ कहंदे ने तां रिश्तेदार कोलो बरामद होई है, इस दे विच चन्नी साहब नूं क्यों उलझाया जा? रिश्तेदार को रिश्तेदार नौ लेगा कि चन्नी साहब दे प्रूफ होणगे, उस तो बिना कदे भी सीबीआई जां ईडी उहनूं नहीं बुलाउंदे हैगे। ऐसे व्यक्ति नूं जिहड़ा मुख्यमंत्री रहा होवे, फॉर्मर चीफ मिनिस्टर होवे, ਉਹ ਜੇ ਪੂਰੇ ਪ੍ਰੂਫ ਉਹਨਾਂ ਕੋਲ ਆ ਜਾਂਦੇ ਨੇ ਉਸੇ ਵੇਲੇ ਬੁਲਾਉਂਦੇ ਨੇ, ਤੇ ਇਸ ਲਈ ਕੋਈ ਏਦਾਂ ਦੀ ਗੱਲ ਨਹੀਂ ਹੈ। ਔਰ ਇਹਦੇ ਵਿੱਚ ਫਿਰ ਨਜਾਇਜ਼ ਪੱਖ ਵੀ ਨਹੀਂ ਕਿਸੇ ਦਾ ਲੈਣਾ ਚਾਹੀਦਾ, ਔਰ ਜਾਂਚ ਹੋਣੀ ਚਾਹੀਦੀ ਹੈ। ਤੇ ਮੇਰਾ ਖਿਆਲ ਆ ਵੀ ਇਹਨਾਂ ਨੂੰ ਵੈਦ ਸਾਹਿਬ ਨੂੰ ਤਾਂ ਪੀਟੀਸੀ ਬਾਰੇ ਬੋਲਣਾ ਚਾਹੀਦਾ ਕਿ ਉੱਥੇ ਨਜਾਇਜ਼ ਕਾਰਵਾਈ ਹੋ ਰਹੀ ਹੈ, ਤੇ ਇਹ ਤਾਂ ਚੰਨੀ ਸਾਹਿਬ ਨੂੰ ਤਾਂ ਜਾਇਜ਼ ਹੀ ਬੁਲਾਇਆ ਉਹਨਾਂ ਨੇ, ਅੱਗੇ ਪਤਾ ਲੱਗ ਜਾਊਗਾ, ਡਿਸਕਲੋਜ਼ਰ ਹੋਊਗਾ ਕੀ ਕਰਦੇ ਨੇ, ਕੀ ਜਾਂਚ ਚੋਂ ਨਿਕਲਦਾ, ਸਾਹਮਣੇ ਪ੍ਰੂਫ ਹੋਣਗੇ ਤਦ ਕਾਰਵਾਈ ਹੋਏਗੀ। ਵੈਸੇ ਤਾਂ ਨਹੀਂ थोड़ी कर रही है, पहला कांग्रेस कर चुकी है। देखो मैं तथा के आधार पे दस्या, चंदू माजरा साहब ने कोई गलत गल नहीं की, चंदू माजरा साहब ने बिल्कुल ठीक है जी। जे आप अपनी एजेंसियां की दुरवरतों कर लगे है ना, ये रिजल्ट माड़े निकल रहे ने, अगे भी निकलणगे। अज डॉक्टर बाबा साहेब अंबेडकर जी का जन्म दिहाड़ा है, उन्होंने एक बुक के उन्होंने मैनशन किया होया है कि जे इस तरह जिवें हिंदुत्व चल रहा है। यानी वैद साहब जे तुसी चंदू माजरा साहब की गल नाल अग्री करते हो, तुसी मन्नोगे भी फिर इस दे मोटी कांग्रेस रही है? नहीं नहीं बिल्कुल इस तरह नहीं है। मैं चंदू माजरा साहब उस गल की तादीद की है कि एजेंसिया दुरवरतों नहीं होनी चाहिए। चौना तो बाद हुण तक जी मैं नहीं कहना, तुम सारे न्यूज पेपर कट के देख लो जी, बैंक बंगाल देख लो, मध्य प्रदेश की हालात देख लो, जिधर भी अपनी शिवसेना ਚਰਚਾ ਦੇ ਵਿੱਚ ਜੁੜੇ ਤੇ ਆਪਣਾ ਪੱਖ ਰੱਖਿਆ ਇੱਥੇ।